केजरीवाल का अपने आप ही फेल हो गया। दिल्ली अस्पताल ऑक्सीजन है नहीं जी, दवाइयां है नहीं जी, लोग छड़ के पिछा दिए। केजरीवाल की असीलत पता करनी है तो सुप्रीम कोर्ट जाके पता कराओ केजरीवाल ने थोड़े खिलाफ की कीता। सुप्रीम कोर्ट दरखास्त दी है कि पंजाब की इस बार नहर कटो, मैं पंजाब का पानी दिल्ली वास्ते चाहिए, कि तुम पानी देना चाहते हो कि नहीं। केजरीवाल अपने आप दे विच फेल हो चुकी है, पर यह पंजाब दे लोकां नूं गुमराह कर रहा है। यह कहना है श्रोमणी अकाली दल प्रधान सुखबीर सिंह बादल दा। दरअसल विधानसभा हलका मोड़ विखे अकाली दल बसपा गठजोड़ दे सांझे उम्मीदवार जगमीत सिंह बराड़ दे हक दे विच सुखबीर सिंह बादल चोण प्रचार करन दे लई पहुंचे सन, जिथे उन्हां दे वल्लों दिल्ली मुख्यमंत्री अरविंद केजरीवाल नूं निशाने ते लैंदे होए कहा गया कि केजरीवाल ने सुप्रीम कोर्ट दे विच हलफिया बयान लगा के पंजाब दा पानी दिल्ली नूं देण दी मंग कीती है। इसे तरह पंजाब दे थर्मल प्लांट बंद करन दी मंग कीती जा रही है कि उन्हां दा धुआं दिल्ली दे विच प्रदूषण करदा है। इसदे नाल ही सुखबीर सिंह बादल ने कांग्रेस नूं घेरदे होए की कुछ कहा, आओ तुहानूं वी सुणाउंदे आं। केजरीवाल दा अपने आप ही फेल हो गया। दिल्ली हस्पतालां च ऑक्सीजन है नहीं जी, दवाइयां है नहीं जी, लोकी छड़ के पिछा दे हस्पतालां च आए। ਆਤਾ ਹਾਲ ਸੀ ਕਹਿੰਦੇ ਕੰਧਾਂ ਦੇਖਿਆ ਕੇਜਰੀਵਾਲ ਨੂੰ ਮੌਕਾ ਦਿਓ। ਮੌਣ ਵਾਲਿਓ ਕੇਜਰੀਵਾਲ ਦੀ ਅਸੀਲਤ ਪਤਾ ਕਰਨੀ ਹੈ ਤੇ ਸੁਪਰੀਮ ਕੋਰਟ ਜਾ ਕੇ ਪਤਾ ਕਰਾਓ ਕੇਜਰੀਵਾਲ ਨੇ ਤੁਹਾਡੇ ਖਿਲਾਫ ਕੀ ਕੀਤਾ। ਕੇਜਰੀਵਾਲ ਨੇ ਸੁਪਰੀਮ ਕੋਰਟ ਦਰਖਾਸਤ ਦਿੱਤੀ ਹੈ ਕਿ ਪੰਜਾਬ ਦੀ ਇਸ ਵਾਰ ਨਹਿਰ ਕੱਢੋ, ਮੈਨੂੰ ਪੰਜਾਬ ਦਾ ਪਾਣੀ ਦਿੱਲੀ ਵਾਸਤੇ ਚਾਹੀਦਾ ਹੈ, ਕਿ ਤੁਸੀਂ ਪਾਣੀ ਦੇਣਾ ਚਾਹੁੰਦੇ ਹੋ ਕਿ ਨਹੀਂ, ਦੱਸੋ ਹੱਥ ਕਰਕੇ। ਜਿਹੜੇ ਕਹਿੰਦੇ ਕੇਜਰੀਵਾਲ ਨੂੰ ਵੋਟ ਪਾਓ, ਪੰਜਾਬ ਦਾ ਪਾਣੀ ਬਾਹਰ ਭੇਜਣ ਦਾ ਕੇਜਰੀਵਾਲ ਨੇ ਐਫੀਡੈਵਿਟ ਦਿੱਤਾ, ਸੁਪਰੀਮ ਕੋਰਟ ਦਰਖਾਸਤ ਦਿੱਤੀ ਹੈ। ਆਹੀ ਕੇਜਰੀਵਾਲ ਨੇ ਸੁਪਰੀਮ ਕੋਰਟ ਲਿਖ ਕੇ ਦਿੱਤਾ ਹੈ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕਰੋ, ਧੂੰਆਂ ਸਾਡੇ ਆਉਂਦਾ ਹੈ। ਹਰਿਆਣੇ ਦੇ ਥਰਮਲ ਪਲਾਂਟ ਦਾ ਬੰਦ ਕਹਿ ਲੁੱਕਿਆ ਨਹੀਂ, ਉਹਨੇ ਪੰਜਾਬ ਦੇ ਕਿਉਂ ਲੱਗੀ ਹੈ। ਆਹੀ ਕੇਜਰੀਵਾਲ ਨੇ ਕਿਹਾ ਜਿਹੜਾ ਪੁਰਾਣੀ ਸਾਲ ਤੇ ਉਹਨਾਂ ਦੇ ਪਰਚੇ ਦੇ ਉੱਤੇ ਜੁਰਮਾਨੇ ਕਰੋ। ਆਈ ਕੇਜਰੀਵਾਲ ਨੇ ਆਈ ਕੇਜਰੀਵਾਲ ਹੈ ਜੋ ਕਹਿੰਦਾ ਕੁਛ ਹੈ ਕਰਦਾ ਕੁਛ ਹੈ। ਆ ਕੇਜਰੀਵਾਲ ਉਹ ਇਨਸਾਨ ਹੈ ਜਿਹਨੇ ਕੇਜਰੀਵਾਲ ਦਾ ਸਾਥ ਦਿੱਤਾ, ਉਹਦੇ ਪਿੱਠ ਤੇ ਸ਼ਰਮ ਮਾਰਿਆ, ਅੰਨਾ ਹਜ਼ਾਰੇ ਕਰਕੇ ਕੇਜਰੀਵਾਲ ਖੜਾ ਹੋਇਆ, ਅੰਨਾ ਹਜ਼ਾਰੇ ਨੂੰ ਪਿੱਠ ਤੇ ਸ਼ਰਮ ਮਾਰਿਆ। ਅੱਜ ਅੰਨਾ ਹਜ਼ਾਰੇ ਦਾ ਬਿਆਨ ਸੁਣੋ, ਕਹਿੰਦਾ ਸਭ ਤੋਂ ਵੱਧ ਧੋਖੇਬਾਜ਼ ਕੌਣ ਹੈ? ਕੇਜਰੀਵਾਲ ਹੈ। ਆਈ ਕੇਜਰੀਵਾਲ ਕੀ ਬਿਆਨ ਦਿੰਦਾ ਸੀ ਕਿ ਜੋ ਮੈਂ ਮੁੱਖ ਮੰਤਰੀ ਬਣਿਆ ਆਮ ਆਦਮੀ ਦਾ ਮੁੱਖ ਮੰਤਰੀ ਹੋਊਗਾ, ਕੋਈ ਸਰਕਾਰ ਨਹੀਂ ਲਊਗਾ। ਜਦੋਂ ਮੁੱਖ ਮੰਤਰੀ ਬਣਿਆ 25,000 ਰੁਪਇਆ ਮਹੀਨਾ ਤਨਖਾਹ ਸੀ, ਵਧਾ ਕੇ 2,00,000 ਰੁਪਇਆ ਮਹੀਨਾ ਕਰ ਲਈ। ਆਈ ਕਹਿੰਦਾ ਸੀ ਮੈਂ ਸਰਕਾਰੀ ਕੋਠੀ ਨਹੀਂ ਲਊਗਾ, ਮੈਂ ਆਮ ਆਦਮੀ ਵਾਂਗੂ ਆਪਣੇ ਫਲੈਟ ਤੇ ਰਹੂੰਗਾ। ਅੱਜ ਜਾ ਕੇ ਪਤਾ ਕਰੋ ਕਿੱਥੇ ਰਹਿੰਦਾ ਹੈ। ਆਈ ਕੇਜਰੀਵਾਲ ਕਹਿੰਦਾ ਮੈਂ ਕੋਈ ਸਿਕਿਉਰਿਟੀ ਨਹੀਂ ਰੱਖਣੀ, ਮੈਂ ਆਮ ਆਦਮੀ ਬਣ ਕੇ ਰਹਿਣਾ। ਜਾ ਕੇ ਦੇਖੋ ਕਿੰਨੀਆਂ ਗੱਡੀਆਂ ਦੇ ਨਾਮ ਹੈ। ਆਈ ਕੇਜਰੀਵਾਲ ਨੇ ਪੂਰੇ ਦੇਸ਼ ਦੇ ਸਾਹਮਣੇ ਕਿਹਾ ਸੀ ਮੈਂ ਲੋਕਪਾਲ ਬਣਾਊਂਗਾ ਕਰਪਸ਼ਨ ਖਤਮ ਕਰਨ ਵਾਸਤੇ। ਅੱਜ ਤੱਕ 7 ਸਾਲ ਹੋ ਗਏ ਲੋਕਪਾਲ ਨਹੀਂ ਬਣਾਏ ਨੇ। ਇਹਨੇ ਆਪਣੇ ਬੇਟੇ ਦੇ ਸੌ ਖਾਧੀ ਕਿ ਜੇ ਮੇਰੀਆਂ ਸੀਟਾਂ ਪੂਰੀਆਂ ਨਹੀਂ ਆਈਆਂ ਮੈਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਦਾ। ਪਹਿਲੀ ਵਾਰ ਜਦੋਂ ਸੀਟਾਂ ਨਹੀਂ ਆਈਆਂ ਤੇ ਕਾਂਗਰਸ ਨਾਲ ਸਮਝੌਤਾ ਕਰ ਲਿਆ, ਆਪਣੇ ਬੇਟੇ ਦੀ ਝੂਠੀ ਸੌ ਖਾਧੀ। ਇੱਥੇ ਆ ਕੇ ਕਹਿੰਦਾ ਕੇਜਰੀਵਾਲ ਕਿ ਮੈਂ ਹਰ ਔਰਤ ਨੂੰ 1,000 ਰੁਪਇਆ ਦੇਵਾਂਗਾ। ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਨੂੰ, ਦਿੱਲੀ ਤੋਂ ਮੁੱਖ ਮੰਤਰੀ ਆ ਪਿਛਲੇ 10 ਸਾਲਾਂ ਦਾ, 1 ਰੁਪਇਆ ਕਿਤੇ ਦਿੱਤਾ ਕਿਸੇ ਔਰਤ ਨੂੰ? ਇਸ ਇਲਾਕੇ 'ਚ ਉਦੋਂ ਹੀ ਹੋਈ ਹੈ ਜਦੋਂ ਅਕਾਲੀ ਦਲ ਦਾ ਰਾਜ। ਆ ਜਿਹੜੇ 5 ਸਾਲ ਟੱਪੇ ਆ, ਇਸ 5 ਸਾਲਾਂ 'ਚ ਇੱਕ ਨਿਸ਼ਾਨੀ ਮੈਨੂੰ ਦੱਸ ਦਿਓ ਜਿਹੜੀ ਕਾਂਗਰਸ ਸਰਕਾਰ ਦੀ ਹੈ। ਇੱਕ ਨਿਸ਼ਾਨੀ ਹੈ, 5 ਸਾਲ ਪਿੱਛੇ ਰਹਿ ਗਏ ਤੁਸੀਂ, 5 ਸਾਲ ਬਰਬਾਦ ਹੋ ਗਏ। ਇਹਨਾਂ ਕਾਂਗਰਸ ਨੇ ਦੇਣਾ ਕੀ ਸੀ? ਆਟਾ ਦਾਲ ਦੇ ਕਾਰਡ ਕੱਟਦੇ, ਪੈਨਸ਼ਨਾਂ ਆਉਣੀਆਂ ਬੰਦ ਹੋ ਗਈਆਂ, ਸ਼ਗਨ ਆਉਣੇ ਬੰਦ ਹੋ ਗਏ,
ਐਸੀ ਬੱਚਿਆਂ ਨੂੰ ਜਿਹੜਾ ਅਸੀਂ ਮੁਫਤ ਪੜਾਉਂਦੇ ਸੀ ਕਾਲਜਾਂ ਚ ਤਕਰੀਬਨ 4 ਲੱਖ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਅਸੀਂ ਪੜਾਉਂਦੇ ਸੀ 5 ਸਾਲ ਇੱਕ ਬੱਚਾ ਨਹੀਂ ਪੜ ਸਕਿਆ ਕਿਉਂਕਿ ਇਹਨੇ ਪੈਸਾ ਨਹੀਂ ਦਿੱਤਾ ਤੁਹਾਡੇ ਪਿੰਡਾਂ ਸੇਵਾ ਕੇਂਦਰ ਬਣਾਏ ਬੰਦ ਕਰ ਦਿੱਤੇ ਨੌਜਵਾਨਾਂ ਨੂੰ ਚਿੰਮ ਤੇ ਖੇਡਾਂ ਦੇ ਅੰਦਰ ਸਮਾਨ ਦਿੰਦੇ ਹੁੰਦੇ ਸੀ ਬੰਦ ਕਰ ਦਿੱਤਾ ਇਹਨਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕਰਦੇ ਕੀਤੀ ਸੀ ਤੁਸੀਂ ਹਜ਼ੂਰ ਸਾਹਿਬ ਤੱਕ ਦਰਸ਼ਨ ਕਰਾਉਣੇ ਸ਼ੁਰੂ ਕਰ ਦਿੱਤੇ ਕਾਂਗਰਸ ਨੇ ਬੰਦ ਕਰ ਦਿੱਤੇ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਇਹਨਾਂ ਨੇ ਬੰਦ ਕਰ ਦਿੱਤੇ ਫਿਰ ਕੀਤਾ ਕੀ ਇਹਨਾਂ ਨੇ ਇੱਕ ਨਿਸ਼ਾਨੀ ਨਹੀਂ ਇੱਕ ਇੰਟ ਨਹੀਂ ਲੱਗੀ ਤੇ ਮੌੜ ਆਇਓ ਫਿਰ 5 ਸਾਲ ਕਿਉਂ ਬਰਬਾਦ ਕੀਤੇ ਅੱਜ ਹਾਲਾਤ ਕੀ ਹੈ ਦੇਸ਼ ਪੰਜਾਬ ਦੇ 4 ਪਾਰਟੀਆਂ ਮੈਦਾਨ ਚ ਇੱਕ ਸ਼੍ਰੋਮਣੀ ਅਕਾਲੀ ਦਲ ਦੂਜੀ ਆਮ ਆਦਮੀ ਪਾਰਟੀ ਤੀਜੀ ਕਾਂਗਰਸ ਚੌਥੀ ਭਾਰਤੀ ਜਨਤਾ ਪਾਰਟੀ ਚੌਥੀ ਪੰਜਵੀਂ ਦੇ ਨਵੇਂ ਮੋਰਚੇ ਜੇ ਬਣੇ ਹੁੰਦੇ ਆ ਇਹਨਾਂ ਸਾਰਿਆਂ ਦੇ ਤੁਹਾਡੇ ਆਪਣੀ ਕਿਹੜੀ ਹੈ ਪੰਜਾਬ ਦੀ ਕਿਹੜੀ ਪਾਰਟੀ ਹੈ ਕੌਮ ਦੀ ਕਿਹੜੀ ਪਾਰਟੀ ਹੈ ਪੰਜਾਬੀਆਂ ਦੀ ਕਿਹੜੀ ਪਾਰਟੀ ਹੈ ਕਿਹੜੀ ਪੰਜਾਬ ਵਾਸਤੇ ਲੜਨ ਵਾਲੀ ਪਾਰਟੀ ਹੈ ਇਕੱਲੀ ਇੱਕ ਹੀ ਹੈ ਸ਼੍ਰੋਮਣੀ ਅਕਾਲੀ ਦਲ